ਮੈਂ ਪਹਿਲੀ ਨਾ ਕੀਤੀ ਰਾਈਡਿੰਗ ਅੱਜ ਜਾਲੀ ਤੇ ਇਧਰ ਹੀ ਭੌਂਕਣੇ ਹੁੰਦੇ, ਇਧਰ ਹੀ ਭੌਂਕਣੇ ਹੁੰਦੇ ਆ ਜਾਲੀ ਪਾਸੇ ਕਰਦੀ। ਲੈ ਬਈ ਮਿੱਤਰਾ ਵਰਕਆਊਟ ਹੋ ਗਿਆ ਯਾਰ, ਗਲਤ ਹੁੰਦਾ ਤਾਂ ਸਾਰੇ ਸਹੀ ਸਮਝਦੇ, ਜਦੋਂ ਬੰਦਾ ਸਹੀ ਹੁੰਦਾ ਲੋਕੀ ਤਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਲੈ ਬਈ ਮਿੱਤਰਾ ਅੱਜ ਦੇ ਦਿਨ 'ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਕਰਤੀ ਆ। ਤੁਸੀਂ ਵੀ ਸੋਚਦੇ ਨੇ ਗੁਰੂ ਆ ਜਾਣ ਹੀ ਰਿਹਾ ਪਿੰਡ, ਚੰਗਾ ਜੀ ਲਾ ਕੇ ਬੈਠਾ, ਕੀ ਕਰਨਾ ਪਿੰਡ ਜਾ ਕੇ ਯਾਰ, ਹੈਂ ਜੀ ਲੱਗਾ ਗੱਲ ਤਾਂ ਜੀ ਲੱਗਣ ਨਹੀਂ ਹੁੰਦੀ ਹੈ ਨਾ, ਜੀ ਲੱਗਣ ਜਿਹੜਾ ਬੰਦੇ ਦਾ ਟੈਨਸ਼ਨਾਂ ਕੰਮ ਦੇ ਤਾਂ ਮੁੱਕਦੇ ਨਹੀਂ ਹੈ ਨਾ, ਬਸ ਜੀ ਆ ਜੀ ਜੇ ਲੱਗ ਜਾਏ ਤਾਂ ਫਿਰ ਮੈਂ ਕਰੂੰ ਗੱਲਾਂ ਜਾਂਦੀਆਂ ਹੈ ਨਾ। ਅਤੇ ਕੋਈ ਨਹੀਂ ਚੱਲ ਜਾਵਾਂਗੇ ਪਿੰਡ, ਮੈਨੂੰ ਪਤਾ ਕਿ ਮੈਂ ਕਮੈਂਟ ਆਉਣ ਡਿਆ ਵੀ ਬਾਈ ਵਗ ਜਾ ਪਿੰਡ ਨੂੰ, ਪਿੰਡ ਵਾਲੇ ਵਲੌਗ ਵੇਖਣ ਨੂੰ ਜੀ ਕਰਦਾ, ਕੋਈ ਨਹੀਂ ਜਾਣ ਮੇਰੀਏ ਵਲੌਗ ਤੁਸੀਂ ਛੱਡ ਦਿਓ ਗੱਲ, ਕੰਟੈਂਟ ਗਾੜੀ ਗਏ ਇਹੋ ਜਿਹੇ ਪਏ ਨਾ, ਕਾਹਨੂੰ ਗੱਲਾਂ ਕਰਾ ਦੇਣੀਆਂ। ਬਸ ਇਹ ਹੈ ਕਿ ਹੁਣ ਥੋੜ੍ਹਾ ਧਿਆਨ ਇਸ ਪਾਸੇ ਹੋ ਗਿਆ ਵਲੌਗ ਵਾਲੇ ਪਾਸੇ, ਹੈ ਨਾ, ਜਿੱਦਾਂ ਨਾਲ ਦੇ ਵੀਰ ਭਰਾ ਜਿਹੜੇ ਆਪਣੇ ਨਾਲ ਹੁੰਦੇ ਆ, ਫਿਰ ਉਹ ਕੋਈ ਨਾ ਕੋਈ ਹੁਣ ਮਨਿੰਦਰ ਵੀ ਰਾਇ ਦੇਣ ਡਿਆ ਇੱਕ ਕਿ ਆਪਾਂ ਅਨੰਦਪੁਰ ਸਾਹਿਬ 'ਤੇ ਮਿਲਦੇ ਜਾਣਾ, ਗੱਡੀਆਂ ਵੀ ਖੜਦੀਆਂ, ਟਰੈਕਟਰ ਵੀ ਖੜਨਾ, ਹੈ ਨਾ। ਉਹ ਤੋਂ ਪਹਿਲਾਂ ਸਾਡਾ ਇਰਾਦਾ ਸੀ ਕਿ ਕਿਤੇ ਘੁੰਮ ਫਿਰ ਆਈਏ ਲਾਗੇ ਬੰਨੇ ਪਹਾੜੀ ਇਲਾਕੇ 'ਚ, ਅਤੇ ਫਿਰ ਕਹਿੰਦਾ ਕਿ ਨਹੀਂ ਆਪਾਂ ਮਿਲ ਤੋਂ ਬਾਅਦ ਜਾਵਾਂਗੇ, ਪਤਾ ਨਹੀਂ ਪਲੈਨ ਕਦੋਂ ਬਣ ਜਾਣਾ, ਕਦੋਂ ਕਿਧਰ ਨੂੰ ਨਿਕਲ ਜਾਣਾ, ਅਤੇ ਫਿਰ ਮਨਿੰਦਰ ਨੇ ਬਾਹਰ ਜਾਣਾ, ਉਹ ਵੀ ਉਹਨੂੰ ਛੱਡਣ ਨਹੀਂ ਜਾਵਾਂਗੇ। ਅਤੇ ਇੱਕ ਸਭ ਤੋਂ ਘੈਂਟ ਚੀਜ਼ ਕੱਲ੍ਹ ਵਾਲੇ ਵਲੋਸ਼ ਹੋਣ ਵਾਲੀ ਆ, ਆਪਣੀ ਗੱਡੀ ਵਾਸਤੇ ਨਾ ਕਿਸੇ ਬਾਈ ਨੇ ਵੀਰ ਮੰਗਾਏ ਆ, ਅਤੇ ਉਹ ਆਪਾਂ ਕੱਲ੍ਹ ਪਾ ਕੇ ਵੇਖਣੇ ਆ, ਉਹ ਪਾ ਕੇ ਵੇਖਣੇ ਆ, ਅਤੇ ਮੈਂ ਉਹ ਵਲੌਗ ਦੇ ਵਿੱਚ ਉਹਦਾ ਸ਼ੋਟ ਪਾਊਂਗਾ, ਵਲੌਗ ਤੋਂ ਪਹਿਲਾਂ ਪਾਊਂਗਾ ਸਟੋਰੀਆਂ 'ਚ, ਕਿਉਂਕਿ ਸਟੋਰੀਆਂ ਤੋਂ ਛੇਤੀ ਵਲੌਗ ਦੇ ਦਿਨ ਬਾਅਦ ਪਾਈਦਾ, ਹੈ ਨਾ। ਸਨੈਪਚੈਟ ਦੇ ਤਾਂ ਹੀ ਤੁਹਾਨੂੰ ਕਿਹਾ ਫੋਲੋ ਕਰ ਲਓ, ਸਨੈਪਚੈਟ ਇੰਸਟਾਗ੍ਰਾਮ 'ਤੇ ਸਟੋਰੀਆਂ 'ਚ ਪਾਊਂਗਾ, ਅਤੇ ਉਹ ਦੱਸਣਾ ਤੁਸੀਂ ਵੀ ਕਿੱਦਾਂ ਇਹ ਲੱਗੇ, ਹੈ ਨਾ। ਉਹ ਥੋੜ੍ਹੀ ਜਿਹੀ ਬਲੈਕ ਸ਼ੇਡ ਦੇ ਵਿੱਚ ਹੈ ਵੀ ਗੱਡੀ, ਆਪਣੀ ਗ੍ਰੇ ਕਲਰ ਆ, ਅਤੇ ਗ੍ਰੇ ਦੇ ਉੱਤੇ ਜ਼ਿਆਦਾ ਮੇਰੇ ਹਿਸਾਬ ਨਾਲ ਕ੍ਰੋਮ ਜ਼ਿਆਦਾ ਫੱਬਦੀ ਸੀ, ਬਾਕੀ ਕੰਬੀਨੇਸ਼ਨ ਬਣਾ ਕੇ ਵੇਖਾਂਗੇ। ਜਿੱਦਾਂ ਆਪਾਂ ਉਦੋਂ ਐਂਡੈਵਰ ਨੂੰ ਪਾਏ ਅਤੇ ਉਹ ਵੀ ਆਪਾਂ ਨੂੰ ਵੇਖਣ ਨੂੰ ਸੋਹਣੇ ਨਹੀਂ ਲੱਗਦੇ ਜਦੋਂ ਪਾਏ, ਅਤੇ ਉਹ ਅੱਜ ਕੱਲ੍ਹ ਵੀਲ ਅੱਜ ਤੱਕ ਇੰਨਾ ਕੁ ਜ਼ਿਆਦਾ ਚੱਲ ਗਿਆ, ਅਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕੱਲ੍ਹ ਨੂੰ ਗੱਲਾਂ ਕਰਵਾਈਆਂ ਉਹ ਵੀਲ ਨੇ ਜਿਹੜਾ ਐਸ ਵਾਲਾ ਪਾਇਆ ਸੀ ਆਪਾਂ, ਹਾਂ ਹਜੇ ਵੀ ਆਪਾਂ ਨੂੰ ਕਮੈਂਟ ਆਏ ਨੇ ਕਿ ਬਾਈ ਉਹ ਵੀਲ ਪਾ ਦਿਓ, ਅਤੇ ਬਾਕੀ ਜਾਣ ਮੇਰੀ ਹੈ ਕੱਲ੍ਹ ਤਾਂ ਆਪਾਂ ਉਹ ਕੰਮ ਕਰਨਾ, ਅੱਜ ਚੱਲਦੇ ਹਾਂ ਸੈਰ ਸਪਾਟੇ 'ਤੇ, ਅੱਜ ਹੈਗਾ ਐਤਵਾਰ ਆ, ਅੱਜ ਪੂਰਾ ਚਿਲ ਕਰਨਾ ਆਪਾਂ, ਨਹਾਈਏ ਧੋਈਏ ਤਿਆਰ ਹੋਈਏ ਅਤੇ ਨਿਕਲੀਏ, ਬੰਦੇ ਨੂੰ ਉਠਾਈਏ, ਬੰਦੇ ਉੱਠਣ ਦਾ ਲਾਣੇ ਲੈਣ ਦੇ ਗੁਰੂਆ, ਰਾਤ ਸੌਂਦੇ ਲੇਟ ਆ, ਸਵੇਰੇ ਉੱਠਦੇ ਲੇਟ ਆ, ਅਤੇ ਜਦੋਂ ਸਵੇਰੇ ਉੱਠਿਆ ਲੇਟ ਹੋਵੇ ਬੰਦਾ ਅਤੇ ਰਾਤ ਸੌਣਾ ਆਪਣੇ ਆਪ ਲੇਟ ਆ। ਉੱਠੋ ਭਾਈ ਸੁਮਣੋ, ਕਿਤੇ ਫਲੈਟ ਥੋੜ੍ਹੀ ਸੌਣਾ ਹੈ ਆਪਾਂ, ਉੱਠ ਪੋ ਮੰਨੇ ਗੁਰੂਆ, ਰਾਤ ਫੋਨ 'ਤੇ ਗੱਲਾਂ ਕਰੋ, ਨਹੀਂ ਹਟਦਾ ਤੂੰ, ਉੱਠਦਾ ਨਹੀਂ ਆ, ਕਿਉਂ ਨਹੀਂ ਕਰਦਾ ਤੂੰ, ਤਾਂ ਕਰਦਾ ਬੜਾ ਕੁਛ ਇਹਦੇ, ਦੱਸਦਾ ਨਹੀਂ, ਉੱਠੋ ਯਾਰ। ਹਾਂ ਬਈ ਮਿੱਤਰਾ, ਯਾਰ ਹੋਣੀ ਤਾਂ ਹੋ ਗਏ ਜੀ ਰੈਡੀ, ਅੱਜ ਚੱਲੂ ਪਜਾਮਾ ਟੀ ਸ਼ਰਟ, ਮੈਂ ਥੋੜ੍ਹੇ ਜਿਹੇ ਕੰਫਰਟ ਜ਼ੋਨ 'ਚ ਹੋਈਏ, ਤਿੰਨ ਚਾਰ ਦਿਨ ਹੋ ਗਏ ਜਿਨੋ ਜਿਨੀ ਹੋਇਆ ਪਿਆ ਕੰਮ, ਮਨ ਆਇਆ ਫਿਰ ਤੂੰ, ਅਸੀਂ ਚੱਲੀ ਗੱਡੀ ਗੁੱਡੀ ਗਰਮ ਕਰੀਏ, ਫੜ ਚਾਬੀ, ਆ ਵੀ ਫੜਦਾ ਚਾਬੀ, ਰਾਣੀ ਸੁੰਦਰਾਂ ਕੱਲ ਧਵਾਲੀ ਸੀ, ਤੇ ਜੇ ਮਾੜੀ ਟਾਕੀ ਕਿਤੇ ਹੁਣ ਵੱਜ ਤਾਂ ਨਹੀਂ ਲੋੜ ਨੀ, ਅੱਜ ਇਹ ਟਾਕੀ ਮਾਰਨੀ ਫਿਰ ਕੰਮ ਖਰਾਬ ਹੋ ਜਾਣਾ, ਇਹ ਸਾਰੀ ਤੇ ਮਾਰਨੀ ਪੈਣੀ ਆ, ਹੁਣ ਕੀਤੀ ਜੇ, ਲੈ ਵੀ ਮਿੱਤਰਾ ਕਹਿੰਦੇ ਮੁੰਡੇ ਤੁਰ ਪਏ ਜੇ, ਇਹ ਪਤਾ ਨੀ ਕਿੱਧਰ ਨੂੰ ਚੱਲ ਜਾਣਾ ਹੁਣ, ਕੁਝ ਨੀ ਜੇ ਪਤਾ ਹੈ, ਮੈਨੇ ਕੀ ਮੋਲ ਪਾਉਂਦਾ, ਤੇ ਆਪਾਂ ਅੱਜ ਮੱਥਾ ਸ਼ਾਮਾਂ ਨੂੰ ਟੇਕਾਂਗੇ, ਅੱਜ ਐਤਵਾਰ ਆ ਅਤੇ ਸ਼ਾਮਾਂ ਨੂੰ ਸਹਿਜ ਮਤੇ ਨਾ ਜਾਂਦੇ ਹਾਂ, ਪਹਿਲਾਂ ਇੱਕ ਦੋ ਕੰਮ ਕਰ ਲਈਏ ਨਿੱਕੇ ਨਿੱਕੇ, ਅੱਜ ਲਾਟੀ ਹੋਣੀ ਮੁੜਦੇ ਹੋ ਲੈਣ 'ਚ, ਫਲੈਟ 'ਚ ਨਜ਼ਾਰੇ ਲੈਣ ਡੇ, ਲਾਟੀ ਹੋਣੀ ਤੇ
ਹੈਂ ਲੈ ਵੀ ਮਿੱਤਰਾ ਸਾਡਾ ਪਲਾਨ ਬਣ ਗਿਆ ਜੇ ਇਹਨਾਂ ਦਾ ਸਪਲੀਮੈਂਟ ਲੈ ਕੇ ਆਉਣਾ ਮੰਨੇ ਦਾ ਤੇ ਲਾਡੀ ਦਾ ਇਹ ਵੀ ਥੋੜੇ ਥੋੜੇ ਕੰਮ ਕਰ ਲਈਏ ਹੈਂ ਕਿਲੋ ਯਾਰ ਕੀ ਕਰਤਾ ਤੂੰ ਤੀ ਤੂੰ ਤੀ ਤੂੰ ਦੀ ਨੰਬਰ ਪਾਤਾ ਤੂੰ ਤੂੰ ਦੀ ਨੰਬਰ ਪਾਤਾ ਮੇਰਾ ਤੀ ਯਾਰੇ ਤੀ ਤੀ ਨਾਲ ਤੇ ਬੰਬ ਵੱਜਾ ਇਹਦੇ ਵਿੱਚ ਤੀ 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 ਆਣਾ ਛੇਤੀ ਓਏ ਸਾਲਾ ਰੋਡ ਚ ਹੋਗਾ ਕਿਤੇ ਲੈ ਆੜੇ ਨਾਲ ਹੀ ਹੈਂ ਤੀ ਬਾ ਤੀ ਬਾ ਆ ਆ ਤੋਰ ਵੇ ਆ ਤੇਰਾ ਨਖਰਾ ਤੇਰਾ ਮੈਂ ਜੇ ਬੇੜਾ ਹਾਂ ਤੀ ਆ ਗਈ ਸਾਰੇ ਮੁੰਡਿਆਂ ਦੇ ਹੋਣੇ ਵੀ ਮੈਂ ਤੈਨੂੰ ਕਹਿੰਦਾ ਕੁੜੀਆਂ ਨੂੰ ਪਤਾ ਵੀ ਇਹ ਬਾਜ ਇੱਕ ਨੰਬਰ ਦਾ ਉੱਡਣਾ ਬਾਜ ਹੈ ਇਹ ਬਾਸ਼ੀ ਹੋਣੀ ਇਹ ਬਾਸ਼ੀ ਹੋਣਾ ਕੁੜੀਆਂ ਨੇ ਫੋਨ ਕਰਦੀਆਂ ਹੈ ਓਏ ਬੰਦਿਆਂ ਦਾ ਸਸਤੇ ਸਸਤੇ ਚ ਸਾਰਨ ਡਿਆ ਸੰਤਰੇ ਦਾ ਜੂਸ ਪਿਆ ਤਾ ਤੇ ਮੈਨੂੰ ਪਤਾ ਨਾ ਫੇਰ ਮੈਂ ਪਹਿਲਾਂ ਯਾਰ ਜਿਆਦਾ ਹੌਲੀ ਹੌਲੀ ਨਾ ਮੇਰੇ ਪਾਸ ਸਭ ਥੋੜਾ ਘੱਟ ਖਾਣਗੇ ਆਪਣੇ ਜੂਸ ਪੀਣ ਦੇ ਵੀਰ ਮਿਲੇ ਕੋਈ ਤਿੰਨ ਜਾਣੇ ਚਲੋ ਅਸੀਂ ਤਰਕ ਦੀ ਇੱਜ਼ਤ ਕਰਦੇ ਹਾਂ ਜਿਹੜੇ ਮਿਲ ਪਏ ਤੇ ਬੜੀਆਂ ਬੇਢੁੱਕੀਆਂ ਗੱਲਾਂ ਲੋਕੀ ਕਹਿਣਗੇ ਜਿਹਨਾਂ ਦਾ ਕੋਈ ਮਤਲਬ ਹੀ ਨੀ ਬਣਦਾ ਗੱਲਾਂ ਬਾਤਾਂ ਅਸੀਂ ਆਪਣੇ ਕਰਨੇ ਤੇ ਮੈਨੂੰ ਕਹਿੰਦਾ ਵੀ ਜੀ ਨਿਸ਼ਾਨ ਲੜਾਈ ਹੋਈ ਆ ਮੈਂ ਕਹਿੰਦਾ ਕਿ ਲੋਕਾਂ ਦਾ ਦਿਮਾਗ ਖਰਾਬ ਹੋਇਆ ਵਾ ਉਹ ਵਿਚਾਰਾ ਆਪਣਾ ਘੁੰਮਣ ਫਿਰਨ ਗਿਆ ਜੈਸਲਮੀਰ ਹਨਾ ਤੇ 24 ਘੰਟੇ ਨਾਲ ਨਾਲ ਥੋੜੀ ਤੁਰੇ ਫਿਰਨਾ ਹੁੰਦਾ ਜਾਂ ਉਹ ਸਾਡੇ ਨਾਲ ਰਹੇ ਜਾਂ ਅਸੀਂ ਰਹੇ ਭਰਾ ਦੇ ਭਰਾ ਹੀ ਰਹਿੰਦੇ ਹੁੰਦੇ ਆ ਪਰ ਇਹਨਾਂ ਇਹੋ ਜਿਹਾ ਗੁੱਸੇ ਭੋਰਦੇ ਨਾ ਕੁੜੀ ਹੋਵੇ ਮਹਾਂਮੂਰਖ ਬੰਦੇ ਕਿ ਭਰਾ ਵੀ ਭਰਾਵਾਂ ਲੜਦੇ ਹੁੰਦੇ ਕਦੀ 10 ਦਿਨ ਗੁੱਸੇ ਨਾਲ ਦੀਆਂ ਸੌ ਹੋ ਜਾਂਦੀਆਂ ਪਰ ਹਜੇ 10 ਦਿਨ ਪਹਿਲਾਂ ਆਪਾਂ ਇਕੱਠੇ ਸੀ ਫਲੈਟ 'ਚ ਜਿੱਦਣ ਵਲੋਗ ਬਣਾਇਆ ਕੁੜੀ ਮਤਲਬ ਕਿ ਪਤਾ ਨਹੀਂ ਯਾਰ ਸਮਝ ਨਹੀਂ ਆ ਸਮਝੋ ਬਾਹਰ ਹੋਇਆ ਪਿਆ ਕੰਮ ਆਪਣਾ ਦਿਮਾਗ ਘੁਮਾ ਹਨਾ ਫਰਿੱਜ ਲਾਗੋ ਮੈਂ ਇਹਦੀ ਭੈਣ ਨੂੰ ਫਰਿੱਜ ਲੈ ਖਲੋਤੇ ਵੇਖੇ ਤੇ ਉਹ ਵੇਖਣ ਦੇ ਸਾਰੀਆਂ ਬੋਤਲਾਂ ਆਈਆਂ ਉਹ ਕੁੜੇ 100 ਰੁਪਏ ਤੋਂ ਘੱਟ ਕੋਈ ਵੀ ਨਹੀਂ ਇੱਥੇ 400 ਰੁਪਏ ਦਾ ਸੌਦਾ ਪੈਣਾ ਤੇ ਮੈਂ 60 ਰੁਪਏ ਦਾ ਨਾਰੀਅਲ ਪਾਣੀ ਬਾਹਰ ਆ ਤੇ ਤੁਹਾਨੂੰ ਉੱਥੋਂ ਪੈ ਦੂੰਗਾ ਇੱਥੋਂ ਪੈਣਾ 400 ਦਾ ਉੱਥੋਂ ਪੈਣਾ 6x18x24 ਅੱਧੋ ਤੋਂ ਫਰਕ ਪੈਣਾ ਰੁਪਇਆ 150 ਬਚਾ ਲਿਆ ਇੱਥੇ ਜਦੋਂ ਦੇਣੇ ਹੋਏ ਚੱਲਦੇ ਆ ਨਾ ਫਿਰ ਸੇਵਿੰਗ ਕਰਨੀ ਚਾਹੀਦੀ ਆ ਡੇਢ 150 ਕੇ ਸ਼ਾਮਾਂ ਦਾ ਲਾਲਾ ਸਾਹਿਬ ਜੇ ਆਪਾਂ 10 ਥਾਵਾਂ ਤੇ ਖਾਧਾ ਤੇ 1500 ਬਚਾ ਲੈਣਾ ਹੋਰ ਕੀ ਹੁੰਦਾ ਨਹੀਂ ਕਾਲੀ ਵੀਰ ਲਸ਼ਰੀ ਫੁੱਲ ਰਹਿੰਦੀ ਯਾਰਾਂ ਦੋਸਤਾਂ ਦੇ ਨਾਲ ਹੈ ਫੁੱਲ ਹੀ ਸਪੋਰਟ ਰੱਖੀ ਦੀ ਆ ਕੰਮ ਦੇ ਵਿੱਚ ਮੰਨਿਆ ਸਾਲਾ 4000 ਦਾ ਕੱਲਾ ਡੱਬਾ ਤੇਰਾ ਇਕੱਲੇ ਦਾ ਆ ਤੇ ਜੇ ਹਜੇ ਵੀ ਸਰੀਰ ਨਾ ਬਣਿਆ ਹੈ ਤਲੀ ਘੱਟ ਜੋ ਸੁਣੀ ਆ ਮਤਲਬ ਤੰਬਾਕੂ ਘੱਟ ਲਾਉਣਾ ਵਾ ਹੈ ਇਹਦੇ ਲਾਡੀ ਦੇ ਟੈਸਟ ਸੂਤਰ ਨਹੀਂ ਆਉਂਦੇ ਕੁੜੀ ਹੋਵੇ ਤੇ ਕੀ ਆ ਵਾ ਉਹ ਉੜਦਾ ਸੋਹਣਾ ਪੈਂਦਾ ਯਾਰ ਕੀ ਕਰਨ ਡਿਆ ਹੈਗਾ ਵਾ ਡਾਕਟਰ ਅਸਲ ਚ ਨਾ ਕਹਿੰਦੇ ਕਰਾਏ ਟੈਸਟ ਕੁੜੇ ਖੂਨ ਕੱਢਿਆ ਉਹਨਾਂ ਨੇ ਤੇ ਉਸੇ ਨੇ ਕੁੜੇ ਨੂੰ ਨੀਂਦ ਆਈ ਜਾਂਦੀ ਭੈਣ ਚ ਤੈਨੂੰ ਫੂਡ ਵੜੇ ਅਸੀਂ ਯਾਰ ਵੇਲੋ ਹੱਥ ਜੋੜ ਕੇ ਬੇਨਤੀ ਕਿਤੇ ਨੰਬਰ ਭੁੱਲ ਵੀ ਗਲਤੀ ਨਾ ਪੈ ਜਾਂਦਾ ਤੇ ਮੇਰਾ ਵੀ ਨਾ ਤੰਗ ਕਰਿਆ ਕਰੋ ਕੀ ਕਿਹੜੀ ਗੱਲ ਕਰਨੀ ਫੋਨ ਤੇ ਮੈਨੂੰ ਦੱਸ ਦਿਓ ਕਮੈਂਟ ਕਰ ਦਿਓ ਮੈਨੂੰ ਦੱਸ ਦਿਓ ਲਾਡੀ ਨੂੰ 2-2.5 ਹਜ਼ਾਰ ਫੋਨ ਆ ਗਿਆ ਤੇ ਲਾਡੀ ਨੀ ਬੇਸੁਰਤੇ ਆ ਪਿਆ ਕੁੜੀਆ ਕੱਲ ਦੇ ਸਮਝੋ ਬਾਹਰ ਆ ਪਿਆ ਕੰਮ ਤੇ ਅਸਲ ਜਿਹਨੂੰ ਗੱਲ ਤਾਂ ਪਤਾ ਲੱਗਾ ਕਿ ਨਹੀਂ ਯਾਰ ਗੱਲਬਾਤ ਹੈਗੀ ਢਲਾਈ ਦੇ ਵਿੱਚ ਹੈ ਹੀ ਗੱਲਬਾਤ ਇੰਨਾ ਫੋਨ ਆਉਣਾ ਉਹ ਸਿਰਫ ਨੰਬਰ ਸਿਰਫ 2 ਸਕਿੰਟ ਲਈ ਵਿੱਚ ਪਿਆ ਪਰ ਲਾਡੀ ਦੀ ਤੁਸੀਂ ਧੁੱਕੀ ਕੱਢਤੀ ਗੁਰੂਆ ਕੋਈ ਵੈਰ ਵੂਰ ਰਿਹਾ ਲਾਡੀ
ਮੈਂ ਮੈਂ ਹਿਸਾਬ ਲੈ ਜੇ ਕਿਸੇ ਦੁਸ਼ਮਣੀ ਕਰਨੀ ਆਪਣੇ ਸੱਜਣ ਨਾਲ ਨਾ ਨੰਬਰ ਪਾ ਦੇ ਉਹਦਾ ਹੌਲੀ ਜੀ ਚਲੋ ਠੀਕ ਆ ਨੰਬਰ ਫੋਨ ਆਉਣ ਵਟਸਐਪ ਤੇ ਮੈਸੇਜ ਆਉਣ ਸ਼ਰਮਿੰਦਾ ਕਰੋ ਇਹਨੂੰ ਜੇ ਨਾ ਨਾ ਪਾਇਆ ਤੁਹਾਨੂੰ ਅੱਡਾ ਬਟਾ ਜਿਹਨਾਂ ਨੇ ਫੋਨ ਕੀਤੇ ਉਹਨਾਂ ਵਾਸਤੇ ਦੂਜੇ ਨੀ ਬਈ ਫੋਨ ਕੀਤੇ 100 ਰੁਪਇਆ ਹੁੰਦੋ ਹਾਂ ਕਿ ਆਹ ਬੰਦੇ ਨੇ 100 ਪਾਇਆ ਜਾਂ ਤਿੰਨੇ ਨੂੰ 200 ਪਾਇਆ ਇਹਨੇ ਫੋਨ ਵੀ ਕੀਤਾ ਸੀ ਹੈ ਹੋਰ ਸਾਨੂੰ ਬੜੇ ਫੋਨ ਤਰ੍ਹਾਂ ਤਰ੍ਹਾਂ ਦੇ ਲਾਡੀ ਨੂੰ ਆਉਂਦੇ ਆ ਕਹਿੰਦੇ ਧਿਆਨ ਨਾ ਰਹੋ ਅਸੀਂ ਠਾਣੇ ਬੋਲਦੇ ਹਾਂ ਸਹੀ ਗੱਲ ਆ ਮੈਂ ਸੰਮਣ ਆਉਂਦੇ ਹੁੰਦੇ ਘਰੇ ਵੀਰ ਜੀ ਕੋਈ ਟੈਨਸ਼ਨ ਨਾ ਲਓ ਨੰਬਰ ਕਾਹਦੀ ਮੇਰਾ ਮੰਗੀ ਜਾਂਦਾ ਏ ਮੰਨਿਆ ਤੇਰੀ ਗੱਲ ਬਦ ਐਂਡ ਹੋਈ ਬਈ ਫਿਰ ਇਹਦਾ ਮਤਲਬ ਹੈ ਤੇਰੀ ਫੈਨ ਸਾਰੇ ਨੂੰ ਕਾਲੀ ਵੀਰ ਦਿੱਤੀ ਸਲਾਹ ਮੈਨੂੰ ਕਾਲੀ ਵੀਰ ਆਪਣੇ ਕੇ ਸੱਜਣ ਕੋ ਰੋਟੀ ਪਾਣੀ ਤੇ ਕਰਤਾ ਫੋਨ ਅੱਜ ਆਪਾਂ ਕਹਾਂਗੇ ਹਾਰਸ ਰਾਈਡਿੰਗ ਹੁੰਦੀ ਆ ਇੱਕ ਤੇ ਹਾਰਸ ਰਾਈਡਿੰਗ ਫਲੈਟ ਚ ਵੀ ਹੋ ਜਾਂਦੀ ਛੁਰੀ ਹੋਣੀ ਆਏ ਨੇ ਉਹਦੇ ਛੁਰੀ ਹੋਣੀ ਇਹ ਕੋਈ ਛੁਰੀ ਹੋਣੀ ਆਏ ਨੇ ਛੁਰੀ ਹੋਣੀ ਤੇ ਮੰਨੇ ਹੋਣੀ ਫਿਰ ਹੋਰ ਸਾਈਡਿੰਗ ਫਲੈਟ ਚ ਵੀ ਕਰ ਲੈਂਦੇ ਕਿਸੇ ਵੇਲੇ ਘੋੜੇ ਤਾਂ ਭਜਾ ਲੈਂਦੇ ਆ ਕੌਣ ਕਹਿ ਰਿਹਾ ਮੈਂ ਨਹੀਂ ਕਰਦਾ ਕੰਮ ਘੋੜੀ ਨਹੀਂ ਚਲਾਈ ਆ ਕਦੇ ਘੋੜੇ ਆਏ ਹਾਏ ਇਹ ਵੀ ਮਿੱਤਰਾ ਪਹੁੰਚ ਗਈ ਯਾਰ ਹੋਣੀ ਇੱਥੇ ਥੱਲੇ ਬਹਿਣਾ ਇੱਥੇ ਬਹਿਣਾ ਆਪਾਂ ਇੱਥੇ ਧੁੱਪ ਲੱਗੀ ਆ ਪਾਓ ਕਾਠੀਆਂ ਅੱਜ ਪਹਿਲੀ ਵਾਰ ਪਹਿਲਾਂ ਸੱਚੀ ਆ ਵੇਖੋ ਇੱਧਰ ਜੀ ਬੱਚੇ ਹੈ ਲੈ ਵੀ ਮਿੱਤਰੋ ਥੋੜ੍ਹੇ ਚਿਰ ਨੂੰ ਆਪਾਂ ਵੀ ਨਾ ਜਦੋਂ ਘਰ ਬਣ ਗਿਆ ਨਾ ਉਸ ਤੋਂ ਬਾਅਦ ਆਪਾਂ ਵੀ ਉਹ ਫਨ ਕਰਨ ਡੇ ਆ ਹੈ ਧਿਆਨ ਨਾਲ ਹੱਥ ਮੂੰਹ ਚ ਪਾਣੀ ਦਿੰਦੀ ਹੈ ਰੋਟੀ ਖਾ ਚੱਲਦੇ ਆ ਹੈ ਵੇਖਲਾ ਭਰਾਵਾ ਐਂਦੀ ਆਊਂਗਾ ਮੈਂ ਮੈਨੂੰ ਦੱਸੀ ਲੱਤ ਬੜੀ ਜ਼ੋਰ ਦੀ ਵੱਜਦੀ ਆ ਹੈ ਆ ਵੀ ਰੰਗ ਸੋਹਣਾ ਨਾ ਨੀਲੀ ਨਾ ਨੀਲੀ ਦਾ ਨੀਲੀ ਦੇ ਬੱਚਾ ਬੜਾ ਸੋਹਣਾ ਤੇ ਘੋੜਾ ਕੁੜੀ ਕੁੜੀ ਆ ਉਹ ਹਾਂ ਘੋੜਾ ਅੱਛਾ ਇੱਧਰ ਕਿਹੜਾ ਇਹ ਸੇਜ ਆ ਗਈ ਆਪਣੀ ਸ਼ੋਅ ਵਾਲੀ ਅੱਛਾ ਨਹੀਂ ਜਿਹੜਾ ਯਾਰ ਸ਼ੋਅ ਜਿੱਤੇ ਨਹੀਂ ਜਿੱਤੇ ਆ ਹਾਂ ਇਹ ਆ ਨਹੀਂ ਜਿਹੜਿਆ ਹੁਣ ਪੁਸ਼ਕਰ ਗਿਆ ਸੀ ਪੁਸ਼ਕਰ ਉਹਦੀ ਨਿਕਲੀ ਦੀ ਖੜਨੀ ਜਿਹੜੀ ਸੁਣ ਲੱਗੀ ਹਨਾ ਯਾਰ ਰੋਟੀ ਖਾਈ ਯਾਰ ਭੁੱਖ ਲੱਗੀ
ਆ ਉੱਪਰ ਪਈਆ ਓਏ ਹੋਏ ਆਲੂ ਮਟਰ ਮੰਨੇ ਮੈਂ ਤਰੀ ਨਾ ਪਾਈ ਆਲੂ ਮਟਰ ਕੱਲੇ ਆਉਂਦੇ ਆ ਕੀ ਦਹੀਂ ਦਹੀਂ ਆ ਚੋਲੀਆਂ ਆਪਣੇ ਦੋ ਫਲੈਟ ਹੋਣਗੇ ਤੀਜੇ ਫਲੈਟ ਕੀ ਕਰਨੇ ਲੈਣ ਜਾਂਦੇ ਹੈ ਮੈਂ ਤਾਂ ਕਾਲੀ ਦੋਵੇਂ ਰਹਿ ਜਾਂਦੇ ਕੱਲੇ ਉੱਥੇ ਕਿਹੜੀ ਸਾਰੀ ਕੱਚੀ ਬਣ ਗਿਆ ਬਸ ਹੁਣ ਥੋੜੀ ਤਰੀ ਲਾ ਪਲੂ ਬਾਅਦ ਓਕੇ ਆ ਕੰਮ ਤੇ ਸਿਰਾ ਕਰਾਤਾ ਮੰਨਿਆ ਰੰਗ ਬੜਾ ਕਹਿਣਾ ਨਾ ਵੱਖਰਾ ਰੰਗ ਰੂਆ ਕਿਉਂ ਲਾਡੀ ਮੈਂ ਕਿਹਾ ਰੰਗ ਕਿੱਡਾ ਸੋਹਣਾ ਲੱਗਦਾ ਘੋੜੀ ਦਾ ਆਹ ਸ਼ੋ ਜਿੱਤ ਗਈ ਨਾ ਕੁੜੀ ਇਹੀ ਜਿੱਤੀ ਆ ਮੈਨੇ ਜਿਹੜੀ ਪੂਰੀ ਜਵਾਨ ਕੁੜੀ ਉਹਦੇ ਲੱਗੇ ਤੂੰ ਬੜਾ ਨਿਗਾਹ ਲੱਗਣਾ ਨਾ ਦੱਸਦਾ ਨੀ ਹੋਈ ਹੈ ਚਲੋ ਪਾਓ ਕਾਠੀ ਪੇ ਚਲੀ ਹੈਂ ਕਿਉਂਕਿ ਕੀ ਆਖਣ ਦਿਆ ਮੰਨੇ ਮੰਨੇ ਦੇ ਪਾ ਦੋ ਬੈਠੂ ਮੈਂ ਕਿਉਂ ਅੱਜ ਕਿਹੜੀ ਵਾਹ ਕੀ ਤੂੰ ਮੇਰੇ ਡੋਲੇ ਫੜੀ ਜਾਂਦਾ ਕੀ ਆਹ ਉਹ ਵੇਲਾ ਉਹਨੇ ਮੈਂ ਤਾਂ ਕੋਈ ਗੱਲ ਨੀ ਕੀਤੀ ਉਹਨੇ ਕੀਤੀ ਵੀਰ ਤੂੰ ਆਹ ਤੁਹਾਡੀ ਆਪਸੀ ਗੱਲ ਆ ਬਾਅਦ ਚ ਤੁਸੀਂ ਆਪਸ ਨਿਬੇੜੋ ਸਾਡਾ ਤੁਹਾਡਾ ਕੋਈ ਲੜਨ ਦੇਣਾ ਨੀ ਜੀ ਇਹ ਤੁਸੀਂ ਵੇਖੋ ਕੀ ਕਰਨਾ ਆ ਰਾਤ ਨੂੰ ਤੁਹਾਡੀ ਦੋਵਾਂ ਦੀ ਇੱਕ ਗੱਲ ਹੋਣੀ ਆ ਇਹ ਮੈਨੂੰ ਪਤਾ ਆ ਹੁਣ ਸਾਡੇ ਸਾਹਮਣੇ ਲੜੀ ਜਾਂਦੇ ਦੱਸ ਦਿਖਾ ਇੱਥੇ ਨਾਲ ਖਾਉਂਦਾ ਕੀ ਮਤਲਬ ਤੁਹਾਨੂੰ ਲਾਡੀ ਅੱਜ ਤੁਸੀਂ ਨਾ ਕੋਲ ਖਾਇਆ ਤੁਹਾਨੂੰ ਚਲੋ ਡੰਡ ਮਾਰ ਲੋ ਕੋਸਾ ਭਾਵ ਹੋਏ ਹੁਣ ਮੂਰੇ ਬਾਪ ਹੋਏ ਹੁਣ ਮੂਰੇ ਅਸੀਂ ਤੇ ਉੱਥੇ ਚੜ ਕੇ ਜਿੱਤੇ ਕੈਂਟ ਆ ਕੰਮ ਸਵਾਦ ਆਉਣ ਇਹ ਨਾ ਪਰ ਇਹ ਅਜੇ ਭਜਾ ਕੇ ਲੈ ਗਈ ਨਾ ਆਹ ਚੀਜ਼ਾਂ ਬੜੀਆਂ ਡਾਊਗੇ ਆਪਾਂ ਰੱਖਿਆ ਨੀ ਰੱਖਣੀਆਂ ਵਾ ਇਧਰਲੀ ਲਗਾਮ ਖਿੱਚੋ ਇਧਰ ਨੂੰ ਮੁੜ ਪੈਣਾ ਇਹਨੇ ਮੇਰੇ ਹੱਲ ਨਾ ਲਈ ਭਰਾਵਾ ਆਨੰਦ ਆਉਂਦਾ ਮਜ਼ਾ ਆਉਂਦਾ
ਕੋਸਾ ਬਾਪ ਹੋਏ ਹੁਣ ਮੂਰੇ ਫੇਰ ਇੱਕ ਵਾਰੀ ਉਹ ਬਸ ਪੁੱਤ ਬਸ ਸਿਰਾ ਕੰਮ ਨੰਦ ਰੱਖਣੀ ਆ ਬਸ ਹੁਣ ਮੇਰੇ ਮਨ ਦੀ ਨੀਂਦ ਹੀ ਮੈਂ ਤਾਂ ਹੀ ਇੱਧਰ ਆਉਂਦਾ ਮਰਿਆ ਫਿਰ ਉਸਤਾਦੀ ਆਨੰਦ ਵੱਜੇ ਪਏ ਠੀਕ ਆ ਮੈਂ ਓਕੇ ਰਿਪੋਰਟਾਂ ਤੇ ਯਾਰ ਕੀ ਤੂੰ ਮੈਨੂੰ ਦੱਸਿਆ ਨਾ ਜਦੋਂ ਪਿੱਛਲੇ ਪੈਰ ਲਾਉਣਾ ਇੱਦਾਂ ਆਹ ਚੀਜ਼ ਇੱਦਾਂ ਕਰਨੀ ਆ ਲੈ ਵੀ ਫਸਟ ਟਾਈਮ ਹੀ ਬਹੁਤ ਜ਼ਿਆਦਾ ਮਜ਼ਾ ਆਇਆ ਅਤੇ ਛੇਤੀ ਆਪਾਂ ਵੀ ਰੱਖਾਂਗੇ ਪਹਿਲਾਂ ਮੋਢੇ ਵਜਾ ਸਿੱਖੀਏ ਨਾ ਇਹ ਨਾ ਬੱਤਰ ਹੀ ਆਵੇ ਸੂਤਰ ਨਾ ਆਵੇ ਪਤਾ ਡਿੱਗਾ ਹੋਵੇ ਤਜਰਬਾ ਚਾਹੀਦਾ ਇਹਦੇ ਵਾਸਤੇ ਵੀ ਹੈਨਾ ਮੈਂ ਪਹਿਲਾਂ ਆਪਣੇ ਆਪ ਆਇਆ ਬਾਈ ਉਹੀ ਨਾ ਮੈਂ ਤਾਂ ਪਹਿਲੀ ਨਾ ਕੀਤੀ ਰਾਈਡਿੰਗ ਅੱਜ ਉਹੀ ਮੱਛੀ ਮੱਛੀ ਵੀ ਮਿੱਤਰਾ ਅੱਜ ਸਵਾਦ ਆ ਗਿਆ ਜੇ ਹੋਰਸ ਰਾਈਡਿੰਗ ਕਹਿੰਦੇ ਨਾ ਇਹਨੂੰ ਘੋੜ ਸਵਾਰੀ ਵੀ ਕਹਿ ਦਿੰਦੇ ਆ ਪਰ ਅੱਛਾ ਲਗਾ ਹੈ ਹਮਕੋ ਔਰ ਜਲਦੀ ਹਮ ਆਪਣਾ ਇੱਕ ਘੋੜਾ ਜਾਂ ਗੋੜੀ ਲੈ ਕੇ ਆਏਗੇ ਉਸਕੇ ਪਹਿਲੇ ਫਾਰਮ ਬਣਾਏਗੇ ਕਿਉਂਕਿ ਤਾਂ ਰਹਿਣ ਨੂੰ ਜਗ੍ਹਾ ਵੀ ਚਾਹੀਦੀ ਹੈ ਭਾਈ ਘੋੜਾ ਤਾਂ ਭਾਵੇਂ ਅੱਜ ਹੀ ਲੈ ਜਾਈਏ ਇੱਥੋਂ ਇੰਨਾ ਕੁ ਪਿਆਰ ਆਪਣਾ ਹੈਗਾ ਵਾ ਬਾਬੇ ਦੀ ਕਿਰਪਾ ਦੇ ਗੱਲ ਵਿੱਚ ਇਹ ਰਹਿ ਗਈ ਬੰਦੇ ਨੇ ਮੈਨੂੰ ਕੋਈ ਚੀਜ਼ ਵਿਖਾਤੀ ਮੰਨਾ ਕਿਸੇ ਨੂੰ ਪੈਰੋਂ ਕੱਢਣ ਡਿਆ ਸੀ ਪੈਰੋਂ ਨਿਕਲ ਨਹੀਂ ਡਿਆ ਅਤੇ ਮੈਂ ਬੰਦੇ ਨੂੰ ਕੋਈ ਤਰੀਕਾ ਦੱਸਿਆ ਮੈਂ ਕਿਹਾ ਇੱਦਾਂ ਕਰਕੇ ਆਹ ਚੀਜ਼ ਕਹਿ ਬੰਦੇ ਨੇ ਉਸੇ ਵੇਲੇ ਉਹ ਗੱਲ ਕਹੀ ਦੇ ਅਗਲਾ ਉਸੇ ਵੇਲੇ ਬੰਦਾ ਪੈਰੋਂ ਨਿਕਲ ਗਿਆ ਉਹਦੇ ਭੁੰਜੇ ਡੇ ਪਿਆ ਨੇ ਉਹਨੇ ਟਲਾਲੀ ਚਾਕੀ ਫੜ ਲਈ ਕੁੜੀ ਉਹ ਕਹਿੰਦਾ ਮਾਰਨੀ ਕਿੱਥੇ ਲੀ ਦੱਸੋ ਮੈਨੂੰ ਉਹ ਗੁਰੇ ਹੈ ਤੇ ਗੱਲ ਇੱਦਾਂ ਜਾਣ ਮੇਰੀ ਇਹ ਗੱਲ ਫਿਰ ਆਪਾਂ ਮੁੱਦੇ ਵਾਪਸ ਉੱਥੇ ਆਈਏ ਘੋੜਿਆਂ ਵਾਲੇ ਤੇ ਰੱਖਣੇ ਜ਼ਰੂਰ ਆ ਬਸ ਉਹ ਰੱਖਣ ਤੋਂ ਪਹਿਲਾਂ ਉਹਨਾਂ ਦੇ ਰਹਿਣ ਨੂੰ ਸਾਰਾ ਜਗਾੜ ਪਾਣੀ ਕਰਾਂਗੇ ਅਤੇ ਫਿਰ ਦੋ ਸ਼ੌਂਕ ਮੈਂ ਨਵੇਂ ਮੈਨੂੰ ਚੜ੍ਹ ਗਏ ਆ ਇੱਕ ਤਾਂ ਜਿਹੜਾ ਆਪਾਂ ਕੱਲ੍ਹ ਕਰਕੇ ਆਏ ਸੀ ਸ਼ੂਟਿੰਗ ਅਤੇ ਇੱਕ ਮੈਨੂੰ ਆ ਹੋਰ ਸੜਾ ਇਹ ਦੋਵੇਂ ਸ਼ੌਂਕ ਤੁਹਾਡੇ ਭਰਾ ਨੇ ਹੁਣ ਪੂਰੇ ਕਰਨੇ ਆ ਐਸੇ ਸਾਲ ਹੀ ਕਰਨੇ ਆ ਕਿਉਂ ਕਾਲੀ ਭਾਅ ਇੱਕ ਤਾਂ ਕਾਲੀ ਵੀਰ ਤਾਂ ਕਹਿਣ ਦੇ ਸ਼ੁਰੂ ਕੀਤਾ ਅਤੇ ਸਿਰੇ ਕਾਲੀ ਵੀ ਚੜ੍ਹਨਾ ਚਾਹੀਦਾ ਹੁਣ ਆਪਾਂ ਸਵਾਦ ਲੈਣ ਗਏ ਅਸਲ ਦੇ ਵਿੱਚ ਮਾਹੌਲ ਜਿਹਾ ਵੀ ਵੇਖਣ ਗਏ ਸੀ ਉਹ ਚੀਜ਼ ਵਧੀਆ ਲੱਗੀ ਪਹਿਲਾਂ ਜਾਂਦੇ ਸਾਡਾ ਹੌਸਲਾ ਟੁੱਟ ਗਿਆ ਜਦੋਂ ਅਸੀਂ ਵੇਖੇ ਨਾ ਬੋਲਾਂ ਜਿਹੀ ਵਿੱਚੋਂ ਬਾਹਰ ਨਿਕਲਦੀਆਂ ਮੈਂ ਕਿਹਾ ਨਹੀਂ ਮੈਂ ਕਾਲੀ ਵੀਰ ਕੰਮ ਔਖਾ ਆਪਾਂ ਬਹਿ ਕੇ ਨਾ ਵੇਖੀਏ ਬਾਅਦ 'ਚ ਜਦੋਂ ਵੀਰ ਨੇ ਉਹਨੂੰ ਦੱਸਿਆ ਕਿ ਇੱਦਾਂ ਕਰਕੇ ਚਲਾ ਕੇ ਵੇਖੋ ਬਾਕੀ ਪੰਜਾਬ ਪੁਲਿਸ ਦੀ ਟ੍ਰੇਨਿੰਗ ਕੀਤੀ ਉਹਦਾ ਫਾਇਦਾ ਹੋ ਗਿਆ ਰਬੜਕਾਈਆਂ ਮੈਂ ਬੋਲਾਂ ਹੀ ਵਾਹਵਾ ਅਗਲੀ ਵਾਰ ਪ੍ਰੋਪਰ ਵਲੋਗ ਸ਼ੂਟ ਕਰਾਂਗੇ ਹੈ ਨਾ ਐਤਕੀ ਆਪਾਂ ਪਹਿਲੀ ਵਾਰ ਗਏ ਸੀ ਅਸੀਂ ਥੋੜ੍ਹਾ ਜਿਹਾ ਨਾ ਝੱਕਦੇ ਸੀ ਤਾਂ ਕਰਕੇ ਅਗਲੀ ਵਾਰ ਜਦੋਂ ਗਏ ਨਾ ਦੋ ਹਫ਼ਤੇ ਬਾਅਦ ਜਾਣਾ ਵਾ ਫਿਰ ਵਲੋਗ ਸ਼ੂਟ ਕਰਕੇ ਲਿਆਵਾਂ ਮੈਂ ਵੀ ਮਿੱਤਰਾ ਗੱਲ ਇੱਦਾਂ ਕਿ ਆਪਣੇ ਨਾਲ ਦੇ ਸੱਜਣੇ ਕਟਾਉਣੇ ਸੀ ਵਾਲ ਉਹ ਕਟਾਉਣ ਡਿਆ ਪਿਆ ਵਾਲ ਉੱਥੇ ਅਤੇ ਅਸੀਂ ਆ ਕੇ ਕੌਫੀ ਪੀਣ ਨਾਲੇ ਮੈਂ ਵਲੋਗ ਐਡਿਟ ਕਰਨਾ ਸੀ ਮੈਂ ਇੱਥੇ ਬਹਿ ਕੇ ਵਲੋਗ ਐਡਿਟ ਕਰ ਲੂੰਗਾ ਅੱਜ ਮੈਂ ਲੇਟ ਹੋ ਗਿਆ ਜਾਣ ਮੇਰੀ ਹੈ ਉੱਠੇ ਲੇਟ ਹੈ ਨਾ ਵਲੋਗ ਐਡਿਟ ਹੋਇਆ ਕੰਮ ਕਾਰ ਜਿਹੜੇ ਕਰਦੇ ਰਹੇ ਨਾਲ ਨਾਲ ਅਤੇ ਹੁਣ ਇੱਥੇ ਬਹਿ ਕੇ ਵਲੋਗ ਐਡਿਟ ਕਰੂੰਗਾ ਨਾਲੇ ਕੌਫੀ ਪੀਵਾਂਗੇ ਮੈਂ ਵੀ ਮਿੱਤਰਾ
ਕੌਫੀ ਆ ਗਈ ਆਪਣੀ, ਖੰਡ ਸੁੱਟ ਲਈ ਆਪਾਂ ਠੋਕ ਕੇ, ਨਾਲ ਜੀਰੋ ਕਾਂਡੇ ਵਾਲੀ ਬਿਸਕੁਟ ਆ, ਨਾਲ ਆ ਬ੍ਰੈਡ ਜਿਹਾ ਵਾ। ਆਹ ਚੀਜ਼ ਵੇਖ ਕੇ ਮੈਨੂੰ ਨਾ ਸਕੂਲ ਟਾਈਮ ਯਾਦ ਆ ਜਾਂਦਾ, ਬਹੁਤ ਖੇਡ ਛੱਡਿਆ ਜੀਰੋ ਕਾਂਡਾ ਜਿਹਾ, ਹੋਰ ਕਿਹਨੇ ਕਿਹਨੇ ਖੇਡਿਆ, ਲਵਾਓ ਹਾਜ਼ਰੀ ਮਾੜੀ ਜਿਹੀ। ਮੈਂ ਵੀ ਮਿੱਤਰਾ ਗੱਲ ਇੱਦਾਂ ਵਾ, ਅਤੇ ਫੜੋ ਬੂਰੀ ਬਿਸਤਰਾ ਚੱਲੀਏ ਲੋਏ ਲੋਏ ਉੱਤੇ ਜੇ ਜਾਇਆ ਜਾਂਦਾ ਤਾਂ, ਹੈ ਡਰਾਈਵਰ ਢਾਡਾ ਤੁਹਾਨੂੰ ਕਹਿਣ ਡਿਆ ਚੱਲੀਏ, ਹੈ ਚਲੋ ਸਾਹਿਬ ਜੀ ਜਿੰਮ ਲਾਈਏ, ਚਲੋ ਚਲੋ ਸਾਹਿਬ ਦੋਵੇਂ ਪਿੱਛੇ ਭਾਏ, ਮੈਂ ਇਹ ਸੀਟ ਮੈਂ ਖਾਲੀ ਰੱਖੀ ਹੈ, ਖਾਲੀ ਰੱਖੀ ਤੁਹਾਡੀ ਭਾਬੀ ਲਈ ਖਲੋ ਜਾ। ਅੱਗੇ ਭਲਾ ਕੀ ਆ, ਤੁਸੀਂ ਉੱਥੇ ਵੇਖੀ ਨੀ ਸਿਸਟਮ, ਕਾਹਲੀ ਤੈਨੂੰ ਲੈਣ ਨੀ ਗਏ ਉੱਥੇ, ਅਸੀਂ ਸਾਈਡ ਤੇ ਗੱਡੀ ਲਾਈ ਆਪਣੀ ਤੇ ਆਹਮੋ ਸਾਹਮਣੇ ਦੋ ਗੱਡੀਆਂ ਦੇ ਭਰਾਵਾ ਲੜ ਪਏ ਲੱਗੇ ਕਿ ਗਰਾਰੀ ਗਰਾਰੀ ਆ ਕੇ ਹਾਂ ਵੀ ਉਹ ਕਹਿੰਦਾ ਮੈਂ ਪਿੱਛੇ ਨੀ ਕਰਨੀ, ਉਹ ਕਹਿੰਦਾ ਮੈਂ ਪਿੱਛੇ ਨੀ ਕਰਨੀ, ਅਸੀਂ ਹਿਸਾਬ ਦਾ ਬੁਲਾਇਆ, ਮੈਂ ਯਾਰ ਜੁੰਡੇ ਜੁੰਡੀ ਹੋਣਾ ਸੀ, ਮੈਂ ਇੱਥੇ ਇੱਥੇ ਇੱਕ ਅੱਧੀ ਨੇ ਲੱਤ ਕਿਤੇ ਸਾਡੀ ਗੱਡੀ ਨੂੰ ਮਾਰੀ, ਸਾਨੂੰ ਵਿੱਚ ਹੋਣਾ ਪੈਣਾ ਹਨਾ, ਅਸੀਂ ਕਿਹਾ ਮੈਂ ਵੀਰ ਜੀ ਅਸੀਂ ਪਿੱਛੇ ਕਰ ਲੈਂਦੇ ਹਾਂ, ਤੁਸੀਂ ਲੰਘੋ ਮੇਰੇ ਭਰਾ, ਲੜੋ ਨਾ ਤੁਸੀਂ, ਨਹੀਂ ਸੱਚੀ ਉਹ ਪੂਰਾ ਮਤਲਬ ਕੰਮ ਹੋ ਗਿਆ। ਉਹ ਦੂਜੇ ਕੁੱਤੇ ਨੀ ਵੇਖੇ ਮੰਨੇ ਜਿਹੜੇ ਜਾਲੀ ਤੇ ਇੱਧਰ ਹੀ ਭੌਂਕਣੇ ਹੁੰਦੇ, ਇੱਧਰ ਹੀ ਭੌਂਕਣੇ ਹੁੰਦੇ ਆ, ਜਾਲੀ ਪਾਸੇ ਕਰਦੇ ਫਿਰ ਜੱਫੀਆਂ ਪਾਉਂਦੇ ਪੈਂਦੇ ਆ, ਉੱਥੇ ਉਹ ਹਾਲ ਹੋਣ ਲੱਗਾ ਜਦੋਂ ਗੱਡੀਆਂ ਲਾਗੂ ਨੇ ਆਹਮੋ ਸਾਹਮਣੇ ਕੱਢੀਆਂ ਉਹਨਾਂ ਨੇ, ਫਿਰ ਲਾਗੂ ਇੱਕ ਜਿਹਨੂੰ ਪਤਾ ਨੀ ਕੀ ਬੋਲ ਬਲਗੇ ਖਿੱਚ ਲੱਗੇ, ਚਲੋ ਆਏ ਹਾਏ ਮੂਡ ਅੱਜ ਬੋਲੀ ਮੂਡ ਜੇ ਅੱਜ ਮੁੰਡਾ ਮੂਡ ਜੇ ਕਹਿੰਦੇ ਬੋਲੀ ਔਖੀ ਹੋਣੀ ਅੱਜ ਆ ਜਾਓ ਫਿਰ ਮੈਂ ਵੀ ਮਿੱਤਰਾ ਵਰਕਆਊਟ ਹੋ ਗਿਆ ਜੀ ਆਪਣਾ ਅੱਗੇ ਰਿਪੋਰਟ ਟਾਈਮ ਟਾਈਮ 10:30 ਤੋਂ ਉੱਤੇ ਹੋ ਗਿਆ ਜੀ ਪਰ ਵਰਕਆਊਟ ਅੱਜ ਆਪਣਾ ਹੈਗਾ ਜੀ ਬਾਈਸੈਪ ਦਾ ਅਤੇ ਨਾਲ ਹੈਗੀ ਸੀ ਬੈਕ ਬਾਈਸੈਪ ਹੋ ਗਿਆ ਓਕੇ ਜਾਣ ਮੇਰੀ ਹੈਨਾ ਬਸ ਮਹੀਨੇ ਇੱਕ ਦੀ ਗੱਲ ਹੋ ਰਿਹਾ ਫਿਰ ਅੱਧੀ ਬਾਹਾਂ ਦੀਆਂ ਪਾਪਾ ਘੁੰਮਿਆ ਕਰਾਂਗੇ ਉਹਨਾਂ 'ਚ ਜਿੰਨਾ ਜ਼ੋਰ ਲੱਗਦਾ ਲਾ ਲਈਏ ਹੈਨਾ ਬਾਕੀ ਇਹ ਹੈ ਕਿ ਮਿਹਨਤ ਹੀ ਜਾਣ ਮੇਰੀ ਆਪਾਂ ਤਾਂ ਜੋ ਚੀਜ਼ ਕਰੀ ਦੀ ਉਹ ਤੁਹਾਨੂੰ ਵਿਖਾ ਦੇ ਦੀ ਆ ਅਤੇ ਅੱਜ ਮੈਂ ਕਮੈਂਟ ਪੜ੍ਹਨਾ ਬੜੇ ਸੋਹਣੇ ਕਮੈਂਟ ਉਹਨਾਂ ਦਾ ਜਵਾਬ ਦੇਣ ਵਾਲੇ ਜੇ ਕੁਝ ਖਾ ਪੀ ਲਈਏ ਭੂਖ ਲੱਗੀ ਹੈ ਉਸਕੇ ਬਾਅਦ ਕਰਦੇ ਹੈ ਬਾਜੀ ਤਾਪਸੇ ਵਰਕਆਊਟ ਲੱਗਣਾ ਵੀ ਮੰਨੇ ਇੱਦਾਂ ਚਾਹੀਦਾ ਅੱਜ ਤਾਂ ਗੁਰੂ ਅਤੇ ਮੈਨੂੰ ਕਈ ਕਹਿੰਦੇ ਨਾ ਬਾਈ ਤੂੰ ਮੁੱਛਾਂ ਨੂੰ ਹੱਥ ਪਾਉਂਦਾ ਰਹਿੰਦਾ ਅੱਜ ਨਹੀਂ ਜੇ ਪੈਣ ਡਿਆ ਅੱਜ ਜਿੰਨਾ ਵਰਕਆਊਟ ਲੱਗਣਾ ਠੋਕ ਕੇ ਗੁਰੂ ਅਸਲ ਹੈਗਾ ਡੋਲਿਆਂ ਦਾ ਨਾਲ ਲਾਇਆ ਮੈਂ ਹੜ ਕਿਹੜੇ ਹੁੰਦੇ ਆ ਫੋਰ ਆਰਮ ਨੜਨਵੇਂ ਕਿਸੇ ਦੇ ਕੰਮ ਆਉਂਦੇ ਫਿਰ ਦੱਸਦਾ ਨੀ ਭਰਾ ਸ਼ੁਕਰ ਆ ਤੁਸੀਂ ਸੁਧਰੇ ਹੈ ਮੇਰਾ ਅਸਰ ਹੋਣ ਡਿਆ ਭੈਰਾਡੇ ਦੇ ਨਹੀਂ ਮਿੱਤਰਾ ਗੱਲ ਇੱਦਾਂ ਵਾ ਕਿ ਕਮੈਂਟ ਪੜ੍ਹਨ ਲਿਆ ਜਦੋਂ ਮੈਂ ਜਿੰਮ 'ਤੇ ਨਾ ਟ੍ਰੈਡਮਿਲ ਕਰਦਾ ਵਾਂ ਜਾਂ ਮੈਂ ਸਾਈਕਲ 'ਚ ਚਲਾਉਂਦਾ ਵਾਂ ਤਾਂ ਮੈਂ ਕਮੈਂਟ ਪੜ੍ਹਦਾ ਨਾ ਅਤੇ ਕਮੈਂਟ ਵੀ ਤਾਂ ਕਹਿੰਦਾ ਮੈਂ ਕਦੀ ਛੇਤੀ ਕਿਤੇ ਕਿਸੇ ਦੀ ਗੱਲ ਨਹੀਂ ਮੰਨੀ ਪਰ ਜੋ ਤੁਸੀਂ ਵਲੋਗ 'ਚ ਗੱਲਾਂ ਸਮਝਾਉਂਦੇ ਮੈਂ ਇਹਨਾਂ 'ਤੇ ਗੌਰ ਕਰਦਾ ਮੈਨੂੰ ਵਧੀਆ ਲੱਗਦੀਆਂ ਮੇਰੀ ਜ਼ਿੰਦਗੀ 'ਚ ਫਰਕ ਵੀ ਪਿਆ ਜਾਣ ਮੇਰੀ ਆਪਾਂ ਕਿਹੜਾ ਕਿਤਾਬਾਂ ਪੜ੍ਹ ਕੇ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਹੈ ਨਾ ਜੋ ਕੁਛ ਕਰਦੇ ਹਾਂ ਜੋ ਕੁਛ ਕੀਤਾ ਵਾ ਉਹ ਹੀ ਤੁਹਾਨੂੰ ਦੱਸਦੇ ਹਾਂ ਜਿਹੜਾ ਕੰਮ ਖੁਦ ਨਹੀਂ ਕੀਤਾ ਉਹ ਤੁਹਾਨੂੰ ਕਦੀ ਦੱਸਿਆ ਹੀ ਨਹੀਂ ਕਿ ਤੁਸੀਂ ਆਹ ਕਰੋ ਜਿਹੜਾ ਕੰਮ ਖੁਦ ਕਰ ਲਿਆ ਨਾ ਉਹਦਾ ਰਿਜ਼ਲਟ ਮੈਨੂੰ ਪਤਾ ਉਹਦਾ ਕੀ ਮਿਲਣਾ ਅਤੇ ਮੈਂ ਤੁਹਾਨੂੰ ਉਹ ਚੀਜ਼ ਦੱਸਦਾ ਵਾਂ ਜਿਹਦਾ ਮੈਨੂੰ ਫਾਇਦਾ ਹੀ ਹੋਇਆ ਜੇ ਕਿਸੇ ਚੀਜ਼ ਦਾ ਨੁਕਸਾਨ ਹੋਇਆ ਤੁਹਾਨੂੰ ਉਹ ਵੀ ਦੱਸੀਦਾ ਕਿ ਆਹ ਕੰਮ ਨਾ ਕਰਿਓ ਪਾਊ ਇਹਦਾ ਨੁਕਸਾਨ ਹੁੰਦਾ ਜੇ ਹੈ ਨਾ ਕਿਉਂਕਿ ਆਪਣੀ ਸੋਚ ਹੀ ਇਹ ਕਿ ਜਿਹੜੇ ਕੰਮ ਤੋਂ ਮੈਨੂੰ ਨੁਕਸਾਨ ਹੋਇਆ ਵਾ ਜਿਹੜੇ ਭਰਾ ਆਪਾਂ ਨੂੰ ਵਹਿੰਦੇ ਜਾਂ ਨਾ ਰਹਿੰਦੇ ਇਹਨਾਂ ਦਾ ਨਾ ਹੋਵੇ ਅਤੇ ਜਿਹੜੀ ਚੀਜ਼ ਤੋਂ ਆਪਾਂ ਨੂੰ ਫਾਇਦਾ ਆਇਆ ਤੁਹਾਨੂੰ ਉਹ ਵੀ ਦੱਸੀਦਾ ਜਿੰਮ ਲਾਈ ਦਾ ਹੈ ਨਾ
ਜਿਮ ਲਾਉਂਦਾ ਕਿ ਆਪਣਾ ਸਰੀਰ ਵਧੀਆ ਰਹਿੰਦਾ, ਅਤੇ ਜੇ ਸਰੀਰ ਵਧੀਆ ਰਹੂਗਾ ਤਾਂ ਫਿਰ ਆਪਾਂ ਕੰਮ ਧੰਦੇ ਵੀ ਕਰ ਲਵਾਂਗੇ। ਜੇ ਸਰੀਰ ਦੀ ਡੰਡ ਲੱਥ ਗਈ ਆਪਾਂ ਕੰਮ ਧੰਦੇ ਚੱਕਰ 'ਚ ਸਰੀਰ ਦਾ ਧਿਆਨ ਨਹੀਂ ਦਿੰਦੇ, ਅਤੇ ਜੇ ਕੁੜੀ ਆ ਸਰੀਰ ਹੀ ਖਰਾਬ ਹੋਇਆ ਕੰਮ ਧੰਦੇ 'ਚ ਸ਼ਿਕੂ ਕਰਨੇ ਆਪਾਂ, ਸਭ ਤੋਂ ਪਹਿਲਾਂ ਸਰੀਰ ਆ, ਹੈ ਨਾ। ਇਹ ਤੋਂ ਪਹਿਲਾਂ ਇੱਕ ਹੋਰ ਚੀਜ਼ ਹੈਗੀ ਆ, ਗੁਰੂ ਮਹਾਰਾਜ ਦਾ ਨਾਂ, ਜੇ ਉਹਦਾ ਨਾਂ ਲੈਂਦੇ ਉਹਦੇ ਘਰ ਜਾਂਦੇ ਜੀ ਨਾ, ਫਿਰ ਤਾਂ ਮੈਂ ਨਾ ਚਮਤਕਾਰ ਹੀ ਹੋਣੇ ਜ਼ਿੰਦਗੀ ਦੇ ਵਿੱਚ। ਚੱਲੇ ਅਸੀਂ ਵੇਲਣ ਜਿੰਮ ਲਾ ਕੇ, ਅਸੀਂ ਹੁਣ ਬਾਬਾ ਜੀ 'ਤੇ ਮੱਥਾ ਟੇਕਣਾ ਆ, ਸਹਿਜ ਮਦੇ ਨਾਲ ਮਜ਼ੇ, ਐਂ ਕੋਈ ਕਾਹਲੀ ਨਹੀਂ। ਅਤੇ ਉਸ ਤੋਂ ਬਾਅਦ ਫਿਰ ਫਲੈਟ ਜਾ ਕੇ ਸੌਂਵਾਂਗੇ। ਉੱਦਾਂ ਸਾਡਾ ਅੱਜ ਤਿਆਰੀ ਸੀ ਪਿੰਡ ਜਾਣ ਦੀ, ਗੱਲ ਕਹਦੀ ਆ ਕਿ ਜਦੋਂ ਕਰਮਾਂ ਜਿੱਥੇ ਦਾਣਾ ਪਾਣੀ ਲਿਖਿਆ ਹੋਵੇ, ਅਤੇ ਪਿੰਡ ਜਾਣਾ ਵੀ ਕਹਦੇ ਕਰਕੇ ਪਿੰਡ ਨਾ ਰੂਬੀਕੋਨ ਲੈ ਕੇ ਨਹੀਂ, ਕੱਲ੍ਹ ਪਾਉਣੇ ਆਪਾਂ ਨੂੰ ਵੀਲ, ਨਵੇਂ ਵੀਲ ਪਾ ਕੇ ਵੇਖਣੇ ਨੂੰ 24 ਇੰਚ 26 ਇੰਚ ਨਾ, ਇਹ ਵੀਰਕੋ ਪਏ ਆ ਅਤੇ ਜਲੰਧਰ, ਅਤੇ ਉਹ ਭਰਾ ਨਾਲ ਸਾਡੀ ਪਹਿਲਾਂ ਵੀ ਗੱਲ ਹੋਈ ਅਮਨਿੰਦਰ ਦੀ, ਅਮਨਿੰਦਰ ਨੇ ਵੀਲ ਪਾਏ ਵੀਰਕੋ, ਅਤੇ ਉਹ ਵੀਰ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ, ਅਤੇ ਉਦੋਂ ਫਿਰ ਸਾਡਾ ਨਾ ਇਰਾਦਾ ਇਹ ਨਹੀਂ ਬਣਿਆ, ਅਤੇ ਕੱਲ੍ਹ ਗੱਲ ਹੋਈ ਵੀਰ ਨਾਲ, ਅਤੇ ਮੇਰਾ ਇਰਾਦਾ ਕਿ ਪਾ ਕੇ ਵੇਖੀਏ, ਹੈ ਨਾ, ਕਿ ਚੀਜ਼ ਉੱਦਾਂ ਪਈ ਚੀਜ਼ ਆਪਾਂ ਨੂੰ ਸੋਹਣੀ ਲੱਗਦੀ ਕਿ ਕਈ ਨਾ ਨਹੀਂ ਲੱਗਦੀ, ਪਰ ਕਈ ਨਾ ਚੀਜ਼ ਆਪਾਂ ਜਦੋਂ ਉਹ ਚੀਜ਼ 'ਤੇ ਮੰਨ ਲਾ ਹੁਣ ਬੂਟ ਆ, ਬੂਟ ਆਪਾਂ ਲੱਗੇ ਵੇਖਾਂਗੇ ਸ਼ੋਰੂਮ ਦੇ ਵਿੱਚ, ਉਹ ਕਈ ਨਾ ਆਪਾਂ ਨੂੰ ਬਾਹਲੇ ਸੋਹਣੇ ਲੱਗਦੇ ਆ, ਪਰ ਜਦੋਂ ਆਪਾਂ ਪੈਰਾਂ 'ਚ ਪਾ ਲੈਂਦੇ ਹਾਂ ਉਹ ਗਰੇਸ ਨਹੀਂ ਆਉਂਦੀ, ਹੈ ਨਾ। ਅਤੇ ਕਈ ਨਾ ਉੱਥੇ ਪਏ ਸੋਹਣੇ ਲੱਗਣੇ ਪਰ ਪੈਰਾਂ 'ਚ ਕਿ ਉਹਨਾਂ ਦੀ ਗਰੇਸ ਆ ਜਾਂਦੀ ਆ। ਹੁਣ ਸਵੇਰੇ ਆਪਾਂ ਰੂਬੀਕੋਨ ਨੂੰ ਵੀਲ ਪਾ ਕੇ ਵੇਖਣੇ, ਜੇ ਉਹਨਾਂ ਦੀ ਗਰੇਸ ਆ ਗਈ, ਹੈ ਨਾ, ਮੈਂ ਵਲੋਗ ਪਾਊਂਗਾ, 2-4 ਦਿਨ ਚਲਾਵਾਂਗੇ ਉਹਨਾਂ ਨੂੰ, ਜੇ ਉਹਦੀ ਗਰੇਸ ਆ ਗਈ, ਜ਼ਿਆਦਾ ਕਮੈਂਟ ਉਹਦੇ ਹਾਂ 'ਚ ਹੋਏ, ਫਿਰ ਆਪਾਂ ਮੈਨੂੰ ਵੀ ਲੱਗਣ ਡਿਆ ਰੰਗ ਮੈਚ ਹੋ ਗਿਆ, ਆਪਣੀ ਗੱਡੀ ਹੈਗੀ ਆ ਮਾਊਸ ਗਰੇ, ਮੇਰੀ ਗਰੇ 'ਚ ਕਦੇ ਗਰੇ ਬਲੈਕ ਜਿਹਾ ਵਾ, ਅਤੇ ਮੈਨੂੰ ਲੱਗਦਾ ਗਰੇਸ ਆਊਗੀ, ਹੈ ਨਾ, ਆਉਣੀ ਚਾਹੀਦੀ। ਬਾਕੀ ਜਿੱਦਾਂ ਵੀ ਹੈ, ਹੈ ਨਾ, ਚੀਜ਼ ਚੱਲਦੀ ਤੁਰਦੀ ਫਿਰਦੀ, ਜਦੋਂ ਵਲੋਗ ਸਟੋਰੀ ਸਟੋਰੀਆਂ ਆਪਾਂ ਪਾਈਆਂ, ਵੀਡੀਓ ਪਾਈਆਂ, ਤਾਂ ਉਹ ਪਤਾ ਲੱਗ ਜਾਣਾ ਰਿਸਪੋਂਸ ਦਾ ਆਪਾਂ ਨੂੰ, ਹੈ ਨਾ, ਕਿੰਨੇ ਤੁਸੀਂ ਪਸੰਦ ਕਰਦੇ ਜੇ ਨੂੰ ਉਹ ਚੀਜ਼ ਨੂੰ, ਅਤੇ ਜੇ ਉਹਦਾ ਰਿਸਪੋਂਸ ਵਧੀਆ ਆਇਆ ਫਿਰ ਆਪਾਂ ਉਹ ਚਾੜ ਦਾਂਗੇ, ਦੂਜੇ ਵੀ ਦੇਣੇ ਨਹੀਂ ਵਿੱਚ, ਆਪਾਂ ਉਹ ਵੀ ਰੱਖ ਲੈਣੇ ਆ, ਹੈ ਨਾ। ਪਤਾ ਕੀ ਚੱਕਰ ਹੁੰਦਾ ਵਾ ਕਿ ਚੀਜ਼ ਪਹਿਲਾਂ ਆਪਾਂ ਦੇ ਲਈ ਦੀ ਆ, ਜਿੱਦਾਂ ਕਿਸੇ ਨੂੰ, ਹੈ ਨਾ, ਜਿੱਦਾਂ ਪਹਿਲਾਂ ਮੈਂ ਆਪਣੇ ਅਸਲ ਵੀਰ ਸੀ ਜਿਹੜੇ ਉਹ ਉੱਥੇ ਕ੍ਰੀਏਟਿਵ ਵਾਲਿਆਂ ਨੂੰ ਸੇਲ ਕਰਦੇ ਸੀ, ਰੱਖੇ ਨਹੀਂ, ਕਿਉਂਕਿ ਉਹ ਖਰਾਬ ਵੀ ਹੋ ਗਏ ਅਸਲ ਦੇ ਵਿੱਚ ਥੋੜ੍ਹੇ ਥੋੜ੍ਹੇ ਨਾ, ਪਰ ਹੁਣ ਕਈ ਨਾ ਸੋਚੀਦਾ ਗਾੜੀ ਕੱਦੂ ਵਾਲੇ ਬਲੌਗ ਬਣਾਉਣੇ ਆ, ਅਤੇ ਹੁਣ ਆਹ ਜੇ ਵੀਲ ਕੱਦੂ 'ਚ ਵਾੜੇ ਦੇਣ ਲੱਗ ਜਾਣੀ ਹੈ, ਹੈ ਨਾ, ਇਹਦੇ ਕਰਕੇ ਸਾਨੂੰ ਸੈਕਿੰਡ ਵੀਲ ਲੈਣੇ ਪੈਣੇ ਕੋਈ ਉਦੋਂ ਲੱਗ ਗਈ ਜਾ ਕੇ, ਅਤੇ ਇਹ ਅਗਰ ਉਹਨੂੰ ਵੇਚਦੇ ਨਾ ਤਾਂ ਉਹ ਰਹਿਣ ਦਿੰਦੇ, ਅਤੇ ਚਲੋ ਜੋ ਹੋ ਗਿਆ ਵਧੀਆ ਆ, ਕੋਈ ਨਹੀਂ ਵੇਖ ਲਾਂਗੇ, ਹੋ ਸਕਦਾ ਉਦੋਂ ਤੱਕ ਕੋਈ ਨਵੀਂ ਚੀਜ਼ ਆ ਜੇ, ਹੈ ਨਾ, ਮਾਰਕੀਟ ਦੇ ਵਿੱਚ। ਅਤੇ ਚੱਲੀ ਮੈਨੇ ਗੁਰਦੁਆਰਾ ਸਾਹਿਬ ਕਰੀ, ਗੁਰੂ ਮਹਾਰਾਜ ਦਰਸ਼ਨ ਮਿਲੇ, ਅਤੇ ਉੱਦਾਂ ਹੀ ਜਾਣਾ ਸੀ, ਹੋਏ ਨਾ ਯਾਰ, ਅਤੇ ਆਪਾਂ ਸਵੇਰੇ ਚੱਟ ਲੱਗੇ ਨਿਕਲਦੇ ਹਾਂ ਨਾ, ਫਿਰ ਹੁਣ ਮੈਂ ਨਾਲ, ਹੁਣ ਜੇ ਆਪਾਂ ਹੁਣ ਤੁਰੇ ਨਾ, ਹੁਣ ਆਪਾਂ ਜਿੰਮ ਬਹੁਤ ਠੋਕ ਲਿਆ, ਆਪਾਂ ਨੌਣੀ ਰਾਹ 'ਚ ਨਹੀਂ ਤੜਕੇ, ਭਾਵੇਂ 6 ਵਜੇ ਤੁਰ ਪਾਂਗੇ, ਰਾਹ ਨਹੀਂ, ਰਾਹ 'ਚ ਵੀ ਨੀਂਦ ਆਉਣੀ, ਨੀਂਦ ਪੂਰੀ ਵੀ ਨਹੀਂ ਹੋਣੀ, ਥੱਕੇ ਬੜੇ ਅੱਜ, ਸਾਡੇ ਸਫ਼ਰ ਕੀਤਾ ਜਲੰਧਰ ਗਏ, ਲੁਧਿਆਣੇ ਗਏ, ਹੈ ਨਾ, ਤੁਰ ਫਿਰ ਕੇ ਆਏ ਤਾਂ ਕਰਕੇ, ਆ ਜਾਓ ਗੁਰੂ ਮਹਾਰਾਜ ਦਰਸ਼ਨ ਮੇਲੇ ਕਰੀਏ। ਚੱਲ ਵੇ ਭਾਈ ਚੱਲੀਏ ਗੁਰਦੁਆਰਾ ਸਾਹਿਬ, ਕਰੀਏ ਦਰਸ਼ਨ ਮੇਲੇ, ਫਿਰ ਜਾ ਕੇ ਫਲੈਟ। ਅਸਲ ਦੇ ਵਿੱਚ ਨਾ ਮਿੱਤਰ, ਉਹ 11 ਗਏ ਵੱਜ, ਡਾਇਟ ਸਾਨੂੰ ਇਹੋ ਜਿਹੇ ਸਾਡੀ ਕੋਈ ਮਿਲਣੀ ਨਹੀਂ ਹੈ, ਔਨਲਾਈਨ ਔਡਰ ਕਰਨਾ ਪੈਣਾ, ਅਤੇ ਮੈਨੂੰ ਇਹ ਮਜ਼ੇ ਨਾਲ ਫਲੈਟ 'ਚ ਬਹਿ ਕੇ ਖਾ ਪੀ ਕੇ ਉੱਥੇ ਹੌਲੀ ਜਿਹੀ ਟੇਢੇ ਹੋਏ ਆਪਾਂ, ਹੈ ਨਾ, ਰੈਸਟ ਕਰੀਏ, ਥੱਕੇ ਜੀ ਬਹੁਤ ਜ਼ਿਆਦਾ, ਇੱਕ ਜਿੰਮ ਲਾ ਲਿਆ ਜ਼ਿਆਦਾ। ਲੈ ਵੀ ਮਿੱਤਰਾ, ਗੁਰੂ ਮਹਾਰਾਜ ਦਰਸ਼ਨ ਮੇਲੇ ਕਰਕੇ ਤਾਂ ਪਹੁੰਚ ਗਈ ਯਾਰ ਫਲੈਟ, ਅਤੇ ਜਾ ਕੇ ਮੰਨਿਆ ਕਰ ਲਈਏ ਪੈਕਿੰਗ ਆਪਾਂ, ਆਪਣਾ ਸਵੇਰੇ ਫਿਰ ਆਉਣ ਜਾਣੀ ਹੋਣਾ। ਲੈ ਵੀ ਮਿੱਤਰੋ, ਕੱਲ੍ਹ ਸ਼ਾਮਾਂ ਦਾ ਫਿਰ ਅਸੀਂ ਇੱਥੇ ਆ ਜਾਣਾ, ਬਸ ਇਹ ਕੱਲ੍ਹ ਗੱਡੀ ਲੈਣ ਕਰਕੇ ਪਿੰਡ ਜਾਣਾ। ਚਲੋ ਮਹਾਰਾਜ, ਲਿਫਟ ਖੁੱਲ੍ਹ ਗਈ ਹੈ, ਪਾਓ ਚਰਨ ਲਿਫਟ ਦੇ ਵਿੱਚ। ਹੈਂ ਮਿੱਤਰਾ, ਅੱਜ ਗੱਲ ਕਰਨੀ ਬੜੀ ਜ਼ਰੂਰੀ ਆ, ਮੇਰੇ ਹਿਸਾਬ ਨਾਲ ਇਹ ਕੰਮ ਨਹੀਂ ਕਰਨਾ ਚਾਹੀਦਾ, ਅੱਜ ਅਸੀਂ ਨਾ ਰਾਤ ਨੂੰ ਆਉਣ ਡੇ ਮੱਥਾ ਟੇਕ ਕੇ, ਅਤੇ ਗੱਡੀ ਹੀ ਕੋਈ ਦਿਓ ਸਾਡੇ ਪਿੱਛੇ 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 ਡੱਕਣ। ਮੈਂ ਮਨ 'ਚ ਸੋਚਣ ਡਿਆ, ਮੈਂ ਕਿਹਾ ਜੇ ਬਾਈ ਚਾਂਸ ਸਾਡੇ, ਚੱਲ ਗੱਡੀ ਦੇ ਸ਼ੀਸ਼ੇ ਕਾਲੇ ਆ ਨਾ, ਜਾਲੀ ਲਾਈਆਂ ਹੁੰਦੀਆਂ, ਹੈ ਨਾ, ਵੈਸੇ ਚਲੋ ਰਾਤ ਰੁਕਣਾ ਵੀ ਨਹੀਂ ਬਣਦਾ, ਮੈਂ ਸੋਚਣਾ ਜੇ ਮੈਂ ਘਰ ਦੇ ਨਾਲ ਹੋਣ, ਰੱਬ ਨਾ ਕਰੇ ਮੰਨ ਲਾ ਮੇਰੀ ਘਰ ਦੀ ਹੋਵੇ ਜਾਂ ਮੇਰੀ ਸਹੇਲੀ ਹੋਵੇ ਜਾਂ ਮੇਰੀ ਭੈਣ ਹੀ ਨਾਲ ਹੋਵੇ, ਹੈ ਨਾ, ਤੁਸੀਂ ਡੱਕਣ ਡੇ ਜੇ ਮੂਰਖਾਂ ਨੂੰ, ਗੁਰੂਆ ਸਿਆਣੇ ਬਣੋ, ਹੈ ਨਾ,
ਕਿ ਜੇ ਕੋਈ ਬੰਦਾ ਨਹੀਂ ਡੱਕਣ ਰਿਹਾ ਉਹਦੀ ਕੋਈ ਵਜ੍ਹਾ ਹੋਊਗੀ, ਪਰ ਇੰਨੇ ਵੀ ਮੂਰਖਤਾ ਨਹੀਂ ਕਰੀਦੀ ਹੁੰਦੀ। ਤੁਸੀਂ ਆਪਣੇ ਕੰਮ ਕਰ ਜਾਣ ਡੇ, ਮੈਂ ਆਪਣੇ ਕੰਮ ਕਰ ਗਿਆ ਹਨਾ, ਤੁਸੀਂ ਗੱਡੀ ਵੇਖ ਕੇ ਪਹਿਲਾਂ ਤੁਹਾਨੂੰ ਗੱਡੀ ਵਾਪਸ ਮੋੜ ਲਿਆਏ ਜਾਂ ਮੋਟਰਸਾਈਕਲ ਵਾਪਸ ਮੋੜ ਲਿਆਉਂਦੇ ਜੀ। ਇਹ ਮੂਰਖਾਂ ਨੇ ਕੰਮ ਨਾ ਕਰਿਆ ਕਰੋ, ਜੇ ਬੰਦਾ ਨਹੀਂ ਡੱਕਣ ਰਿਹਾ ਤਾਂ ਉਹਦੀ ਕੋਈ ਵਜ੍ਹਾ ਹੁੰਦੀ। ਮੈਂ ਵੀ ਢਾਡੇ ਵਰਗਾ ਹੀ ਹਾਂ, ਮੈਂ ਦੱਸੋ ਕਿਤੇ ਬਾਹਰ ਆਇਆ ਕਿਤੇ ਆਸਮਾਨ ਤੋਂ ਟਿੱਕਾ, ਮੇਰੇ ਵੀ ਕੰਮ ਕਰ, ਮੇਰਾ ਵੀ ਪਰਿਵਾਰ ਆ। ਇਹੋ ਜਿਹੇ ਕੰਮ ਨਾ ਕਰਿਆ ਕਰੋ, ਨਾ ਘੂਸੀਆਂ ਭੋਰਿਆ ਕਰੋ। ਫਿਰ ਮੂੰਹ 'ਚੋਂ ਸੁਣਦੇ ਜੇ ਕਿ ਬੰਦਾ ਜੇ ਪਰਿਵਾਰ ਨਾ ਹੋਵੇ ਬਾਈ ਜਾਂ ਫਿਰ ਕੀ ਕਰੇ ਹਨਾ। ਤੁਸੀਂ ਕਿ ਕੰਜਰ ਦੀ ਮਜ਼ਬੂਰੀ ਥੋੜ੍ਹੀ ਸਮਝਣੀ ਹੁੰਦੀ ਹੈ, ਆਪਣਾ ਰਾਂਝਾ ਰਾਜੀ ਕਰਨਾ ਕਿ ਅਸੀਂ ਇਹਨੂੰ ਡੱਕਿਆ ਸੀ, ਇਹ ਰੁਕਿਆ ਨਹੀਂ ਆ, ਇਹ ਆਕੜ ਹੋ ਗਈ ਆ, ਜੇ ਉਹ ਫਲਾਣ ਢੀਂਗ ਆ। ਮੈਂ ਤਾਂ ਹੈਰਾਨ ਸੀ ਬੈਠੇ ਗੱਲਾਂ ਕਰਨ ਡੇ, ਗੱਡੀ ਡੱਕੀ ਨਹੀਂ। ਮੈਂ ਕਿਹਾ ਯਾਰ ਕਿੱਡੇ ਬੰਦੇ ਮੂਰਖ ਹੋਣਗੇ ਜੇ ਆਪਾਂ ਨਹੀਂ ਗੱਡੀ ਡੱਕੀ ਹਨਾ, ਅਸੀਂ 3-4 ਕਿਲੋਮੀਟਰ ਅਸੀਂ ਤਾਂ ਲੰਘੇ ਹਨਾ, ਗਾੜੀ ਗੜੀ ਅਸੀਂ ਜਾਣ ਡੇ। ਅਤੇ ਕਿ ਮੈਂ ਉਹ ਚੀਜ਼ ਸੋਚੀ, ਮੈਂ ਕਿਹਾ ਯਾਰ ਕਿੰਨੇ ਬੰਦੇ ਮੂਰਖ ਹੋਣਗੇ ਹਨਾ, ਕਿ ਜਿਹੜੇ ਪਿੱਛੇ ਪਿੱਛੇ ਇੰਨੇ ਵਿਹਲੇ, ਇੰਨੇ ਵੀ ਵਿਹਲੇ ਹਨਾ, ਕਿ ਇੱਕ ਤੁਹਾਡੇ ਵਰਗਾ ਜੇ ਬੰਦੇ ਨਹੀਂ ਗੱਡੀ ਡੱਕੀ ਜਾਂ ਆਪਾਂ ਹੱਥ ਖੜਾ ਕਰਤਾ ਬੰਦਾ ਕਿ ਚੱਲ ਠੀਕ ਹੈ ਮੇਰੀ ਜਾਨ ਓਕੇ ਆ, ਅਤੇ ਫਿਰ ਵੀ ਬਾਈ ਚਾਂਸ ਰੱਬ ਬੰਦਾ ਆਪਣੇ ਘਰਦਿਆਂ ਨੇ ਹੋਵੇ ਜਾਂ ਬੰਦਾ ਕਿਤੇ ਜ਼ਰੂਰੀ ਹੋਸਪਿਟਲ ਜਾਣ ਡਿਆ ਹੋਵੇ ਜਾਂ ਆਪਣਾ ਕੋਈ ਸੱਜਣ ਮਿਤਰਾੜਿਆ ਫਸਿਆ ਹੋਵੇ ਉੱਥੇ ਜਾਣ ਡਿਆ ਹੋਵੇ, ਤਾਂ ਇਹੋ ਜਿਹੇ ਮੂਰਖਾਂ ਨੇ ਤਾਂ ਕੁੜੀਆਂ ਲੈ ਬਹਿਣਗੇ ਫਿਰ ਹਨਾ। ਇਹੋ ਜਿਹੇ ਔਡੀਅੰਸ ਨਹੀਂ ਚਾਹੀਦੀ, ਇਹੋ ਜਿਹੇ ਪਿਆਰ ਕਰਨ ਵਾਲੇ ਨਹੀਂ ਚਾਹੀਦੇ ਹਨਾ। ਇਹਨਾਂ ਤੋਂ ਬਿਨਾਂ ਹੀ ਚੰਗੇ ਆ, ਘੱਟ ਵੇਖ ਲੈਣਗੇ, ਘੱਟ ਲੋਕ ਪਿਆਰ ਕਰ ਲੈਣਗੇ, ਉਹ ਚੰਗੇ ਆ ਹਨਾ। ਕਹਿੰਦੇ ਨੇ ਥੋੜ੍ਹੀ ਖਾਓ ਅਤੇ ਸੁੱਖ ਦੀ ਖਾਓ, ਥੋੜ੍ਹੇ ਬੰਦੇ ਨਾਲ ਜੁੜ ਜਾਣਗੇ ਪਰ ਚੰਗੇ ਹੋਣ। ਇਹੋ ਜਿਹੇ ਮੂਰਖ ਨਹੀਂ ਚਾਹੀਦੇ ਘੂਸੀਆਂ ਭੋਰਨ ਵਾਲੇ। ਕਹਿੰਦੇ ਚੱਲਿਆ ਗੱਡੀ 'ਚ ਫੋਨ ਰਹਿ ਗਿਆ ਬੰਦੇ ਦਾ, ਹਾਂ ਗੋਲੀ ਗੱਟਾ ਰਹਿ ਗਿਆ ਨਾ ਭੈਣ ਚੋ, ਹੈਂ ਵੇਖੀ ਕਿਤੇ ਉਂਡ ਨਾ ਕਰਾ ਕੇ ਆ ਜਾਓ ਭੈਣ ਦੇ ਯਾਰ, ਹਾਂ ਸਾਰੇ ਸਹੀ ਸਮਝਦੇ, ਜਦੋਂ ਬੰਦਾ ਸਹੀ ਹੁੰਦਾ ਲੋਕੀ ਗਲਤ ਸਮਝਦੇ ਹਨਾ। ਰੱਬ ਹੀ ਜਾਣੇ, ਕੋਈ ਨੀ, ਬੰਦਾ ਆਪਣੀ ਨਿਗਾਹ 'ਚ ਆਪਣੇ ਰੱਬ ਦੀ ਨਿਗਾਹ 'ਚ ਸਹੀ ਹੋਣਾ ਚਾਹੀਦਾ ਹਨਾ। ਬਿਨਾਂ ਪਰੂਫ ਤੋਂ ਬੰਦੇ ਨੂੰ ਵੈਸੇ ਗੱਲ ਨਹੀਂ ਕਰਨੀ ਚਾਹੀਦੀ ਕੋਈ, ਕਿਉਂਕਿ ਆਪਣਾ ਆਈਡੀਆ ਐਸਟੀਮੇਟ ਕੀ ਹੋਣਾ, ਬੰਦੇ ਦੇ ਗਲਤ ਹੁੰਦੇ ਤਾਂ ਉਹ ਆਈਡੀਆ ਐਸਟੀਮੇਟ ਦੇ ਵਿੱਚ ਰਿਸ਼ਤੇ ਖਰਾਬ ਹੋ ਜਾਂਦੇ। ਆਪਾਂ ਕਿਤੇ ਸ਼ੱਕ ਕਰਦੇ ਨੇ ਯਾਰ ਉਹ ਬੰਦਾ ਗਲਤ ਹੋਊਗਾ, ਜੇ ਆਪਣੇ ਯਾਰ ਦੋਸਤ ਆਪਾਂ ਸ਼ੱਕ ਕਰਦੇ ਨੇ ਯਾਰ ਇਹ ਇੱਦਾਂ ਹੋ, ਮੇਰੇ ਨਾਲ ਕਰ ਸਕਦਾ ਇੱਦਾਂ ਕਰ ਸਕਦਾ, ਅਗਲੇ ਨੇ ਕੀਤਾ ਹੋਵੇ ਨਾ ਕੀਤਾ ਵੱਖਰੀ ਗੱਲ, ਅਗਲਾ ਸੋਚਦਾ ਬਣਾਵੇ ਉੱਦਾਂ, ਆਪਾਂ ਸੋਚ ਸੋਚ ਕੇ ਆਪਣੀ ਯਾਰੀ ਖਰਾਬ ਕਰ ਲੈਂਦੇ, ਯਾਰੀ ਤੋੜ ਲੈਂਦੇ ਹਾਂ ਹਨਾ। ਇੱਦਾਂ ਨਹੀਂ ਕਰਨਾ ਚਾਹੀਦਾ ਬੰਦੇ, ਜਿਵੇਂ ਜਿਹੜੇ ਬੰਦੇ ਕੋਲ ਠੋਸ ਸਬੂਤ ਨਹੀਂ ਨਾ, ਉਹਨਾਂ ਚਿਰ ਆਪਣੇ ਯਾਰ ਅਤੇ ਆਪਣੇ ਸੱਜਣ 'ਤੇ ਕਦੀ ਸ਼ੱਕ ਨਹੀਂ ਕਰਨਾ ਚਾਹੀਦਾ। ਚੰਗਾ ਵੀ ਮਿੱਤਰੋ, ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ। ਸਵੇਰੇ ਵਲੋਗ ਤੁਹਾਨੂੰ ਪਤਾ ਕਿਹੜਾ ਆਉਣਾ, ਗੱਡੀ ਨੂੰ ਵੀਲ ਚੜ੍ਹ ਕੇ ਵੇਖਣੇ ਆਪਾਂ, ਅਤੇ ਬਾਕੀ ਮੇਰੀ ਜਾਂ ਜਦੋਂ ਵਲੋਗ ਵੇਖ ਲੈਂਦੇ ਹੁੰਦੇ ਜੀ, ਜਾਂਦੇ ਜਾਂਦੇ ਘੈਂਟ ਜਿਹਾ ਕਮੈਂਟ ਕਰ ਦਿਆ ਕਰੋ, ਅਤੇ ਜਿਹੜਾ ਵਲੋਗ ਵੇਖਿਆ ਉਹਨਾਂ ਨੂੰ ਲਾਈਕ ਕਰ ਦਿਆ ਕਰੋ। ਇੰਨਾ ਕੰਮ ਹੈ ਤੁਹਾਡਾ, ਅਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ, ਠੀਕ ਹੈ। ਮਿਲਦੇ ਮੇਰੀ ਜਾਂ ਕੱਲ੍ਹ ਨਵੇਂ ਵਲੋਗ ਦੇ ਨਾਲ, ਬਾਏ ਬਾਏ, ਜਿਹਨੇ ਵਾਸਤੇ ਰਹੋ, ਨਜ਼ਾਰੇ ਲਓ।